ਵਿਸ਼ੇਸ਼ ਫੈਸਲੇ ਕੀਤੇ ਗਏ ਨੇ। ਜਿਸ ਤਰ੍ਹਾਂ ਸਰਦਾਰ ਦਵਿੰਦਰਪਾਲ ਸਿੰਘ ਜੀ ਭੁੱਲਰ ਦੀ ਜੋ ਸਜ਼ਾ ਮੁਆਫੀ 'ਤੇ ਸੁਪਰੀਮ ਕੋਰਟ ਵੱਲੋਂ ਰੋਕ ਲਗਾਉਣਾ ਔਰ ਬਹੁਤ ਹੀ ਬੇਹੱਦ ਅਫਸੋਸ ਹੈ ਔਰ ਜਿਸ ਨਾਲ ਸਾਰੀਆਂ ਸਿੱਖ ਭਾਵਨਾ ਨੂੰ ਸੱਟ ਲੱਗੀ ਹੈ। ਤੋ ਅੰਤ ਕਮੇਟੀ ਨੇ ਫੈਸਲਾ ਕੀਤਾ ਕਿ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਾਰਾ ਖਰਚ ਕੀਤਾ ਜਾਵੇਗਾ। ਇਸ ਸੰਬੰਧੀ SGPC ਵੱਲੋਂ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਜਾਵੇਗੀ। ਵਕੀਲਾਂ ਦੀਆਂ ਫੀਸਾਂ ਜਿਹੜੀਆਂ ਨੇ ਉਹ SGPC ਵੱਲੋਂ ਦਿੱਤੀਆਂ ਜਾਣਗੀਆਂ ਔਰ ਰਿਵਿਊ ਜਿਹੜੀ ਹੈ ਪਟੀਸ਼ਨ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪਾਈ ਜਾਏਗੀ। ਇਸ ਤਰ੍ਹਾਂ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੇ ਮਾਮਲੇ ਵਿੱਚ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕੇਂਦਰ ਤੱਕ ਪਹੁੰਚ ਕੀਤੀ ਜਾਵੇਗੀ, ਜਿਹੜਾ ਉਹਨਾਂ ਨੇ ਜੋ ਉਹਨਾਂ ਦੀ ਫਾਂਸੀ ਦੀ ਸਜ਼ਾ ਹੈਗੀ ਹੈ ਵਾਪਸ ਲਿਆ, ਯੂ ਟਰਨ ਲਿਆ, ਉਹਦੇ ਲਈ ਅਸੀਂ ਜਿਹੜੀ ਹੈ ਪਹੁੰਚ ਕੇਂਦਰ ਸਰਕਾਰ ਤੱਕ ਕਰਾਂਗੇ ਔਰ ਸਾਰਾ ਡੈਲੀਗੇਸ਼ਨ ਜਿਹੜਾ ਸਾਡਾ ਜਾਊਗਾ ਔਰ ਅਸੀਂ ਹੋਮ ਮਿਨਿਸਟਰ ਨੂੰ ਵੀ ਮਿਲਾਂਗੇ, ਪ੍ਰਾਈਮ ਮਿਨਿਸਟਰ ਨੂੰ ਵੀ ਟਾਈਮ ਲੈ ਕੇ ਮਿਲਣ ਦਾ ਜਿਹੜਾ ਪੂਰਾ ਸਾਡਾ ਯਤਨ ਹੋਏਗਾ। ਸੋ ਇਸੇ ਤਰ੍ਹਾਂ ਇੱਕ ਹੋਰ ਵਿਸ਼ੇਸ਼ ਜਿਹੜਾ ਅਸੀਂ ਅੱਜ ਮਤਾ ਪਾਸ ਕੀਤਾ ਹੈ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕੈਨੇਡਾ ਅਤੇ ਅਮਰੀਕਾ ਤੋਂ ਹੋਰ ਬਾਹਰਲੇ ਦੇਸ਼ਾਂ ਤੋਂ ਵੱਡੀ ਵੱਡੀ ਇੱਕ ਮੰਗ ਆ ਰਹੀ ਹੈ। ਉਹ ਅਸੀਂ ਫੈਸਲਾ ਕੀਤਾ ਕਿ ਕੈਨੇਡਾ ਵਿਖੇ ਇੱਕ ਵਿਸ਼ੇਸ਼ ਚਾਰਟਰ ਜਹਾਜ਼ ਰਾਹੀਂ ਪਾਵਨ ਸਰੂਪ ਭੇਜੇ ਜਾਣਗੇ, ਕੈਨੇਡਾ ਤੋਂ ਹੀ ਅਮਰੀਕਾ ਵਿਖੇ ਵੀ ਸੇਵਾ ਕੀਤੀ ਜਾਵੇਗੀ ਔਰ ਉਹਦਾ ਜਿਹੜਾ ਸਾਰਾ ਖਰਚਾ ਜਿੱਥੇ ਉਹ ਸੰਗਤਾਂ ਵੀ ਕਰਨੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਵੀ ਕੀਤਾ ਜਾਵੇਗਾ। ਇਸੇ ਤਰ੍ਹਾਂ ਇੱਕ ਅੱਜ ਅਸੀਂ ਜਿਹੜੇ ਗਦਰੀ ਬਾਬੇ ਨੇ ਉਹਨਾਂ ਦੀ ਯਾਦ ਦੇ ਵਿੱਚ, ਕਿਉਂਕਿ ਗਦਰੀ ਬਾਬਿਆਂ ਦਾ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ 11 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਸਮਾਗਮ ਕਰਨ ਦਾ ਫੈਸਲਾ ਕੀਤਾ ਅਤੇ ਇਸਦੇ ਨਾਲ ਹੀ ਗਦਰੀ ਬਾਬਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਦਾ ਜਿਹੜਾ ਹੈ ਉਹ ਵੀ ਅਸੀਂ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਵੱਖ ਵੱਖ ਕਾਰਜਾਂ ਲਈ ਪਹਿਲਾਂ ਬਣੀਆਂ ਸਬ ਕਮੇਟੀਆਂ ਨਵੀਆਂ ਬਣਾਉਣੀਆਂ, ਬਾਬਾ ਬੰਦਾ ਸਿੰਘ ਬਹਾਦਰ ਨਾਲ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਹਰਿਆਣੇ ਵਿਖੇ ਬਣ ਰਹੀ ਯਾਦਗਾਰ ਲਈ ਵੀ ਇਹ ਹੋਰ ਜ਼ਮੀਨ ਖਰੀਦਣ ਦਾ ਫੈਸਲਾ ਕੀਤਾ। ਰਹਿਣ ਮਗਰੋਂ ਰਿਹਾ ਹੋਏ ਸਿੱਖ ਐਦੀ ਭਾਈ ਬਰਿਆਮ ਸਿੰਘ ਨੂੰ 1,00,000 ਰੁਪਏ ਦੀ ਜਿਹੜੀ ਹੈ ਉਹਨੂੰ ਸਹਾਇਤਾ ਦਿੱਤੀ ਜਾਵੇਗੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੀਆਂ ਪ੍ਰਕਰਮਾਂ ਵਿੱਚ ਹਰਿਆਵਲ ਪੈਦਾ ਕਰਨ ਲਈ ਯੋਜਨਾਬੰਦ ਤਰੀਕੇ ਨਾਲ ਬੂਟੇ ਅਤੇ ਬੇਲਾਂ ਲਗਾਈਆਂ ਜਾਣਗੀਆਂ। ਇਸ ਕਾਰਜ ਲਈ ਡਾਕਟਰ ਨਵਤੇਜ ਸਿੰਘ ਦੀਆਂ ਜੋ ਸਲਾਹਕਾਰ ਵਜੋਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਹੋਰਨਾਂ ਗੁਰਦੁਆਰਿਆਂ ਸਾਹਿਬਾਨ ਅੰਦਰ ਹੀ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਇਹ ਫੈਸਲਾ ਕੀਤਾ। ਇਸ ਤਰ੍ਹਾਂ ਸ਼੍ਰੀ ਕਰਤਾਰਪੁਰ ਜੋ ਪਾਵਨ ਧਰਤੀ ਹੈ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿੱਥੇ ਲੰਮਾ ਸਮਾਂ ਰਹੇ ਉਹ ਅੱਜ ਉੱਥੇ ਸੰਗਤਾਂ ਸ਼ਰਧਾਲੂ ਜਾ ਰਹੇ ਨੇ। ਸੋ ਉਹਨਾਂ ਲਈ ਦਰਸ਼ਨ ਕਰਨ ਵਾਲਿਆਂ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇੱਕ ਬੱਸ ਰੋਜ਼ਾਨਾ ਜਿਹੜੀ ਹੈ ਉਹ ਡੇਰਾ ਬਾਬਾ ਨਾਨਕ ਅਤੇ ਕੋਰੀਡੋਰ ਤੱਕ ਜਿਹੜੀ ਹੈ
ਉੱਥੇ ਰੋਜ਼ਾਨਾ ਜਾਇਆ ਕਰੇ ਸ਼ਰਧਾਲੂ ਲੈ ਕੇ ਡੇਰਾ ਸਾਹਿਬ ਤੋਂ ਕੋਰੀਡੋਰ ਤੱਕ ਜਾ ਰਹੀ ਹੈ। ਸੋ ਇਸ ਤੋਂ ਇਲਾਵਾ ਅਸੀਂ ਬਹੁਤ ਸਾਰੇ ਆਪਣੇ ਸੈਂਟਰ ਵੀ ਖੋਲ੍ਹੇ ਨੇ ਦਰਬਾਰ ਸਾਹਿਬ ਵੀ, ਹੋਰ ਵੱਖ ਵੱਖ ਗੁਰਦੁਆਰਿਆਂ ਵਿੱਚ ਵੀ ਜਿਹੜੇ ਸ਼ਰਧਾਲੂ ਜਾਣਾ ਚਾਹੁੰਦੇ ਨੇ ਉੱਥੇ ਨਾਲ ਉਹ ਸੰਪਰਕ ਕਰਨਗੇ ਤਾਂ ਕਿ ਉਹਨਾਂ ਦੇ ਜਾਣ ਲਈ ਜੋ ਵੀ ਫਾਰਮ ਭਰਨਾ ਹੈ, ਜੋ ਵੀ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ ਸ਼ਰਧਾਲੂਆਂ ਲਈ, ਉਹ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਵੇਗੀ। ਇਸ ਲਈ ਗੰਗਾਨਗਰ ਵਿੱਚ ਮਿਸ਼ਨ ਲਈ, ਪ੍ਰਚਾਰ ਲਈ, ਇੱਕ ਜਥੇ ਲਈ ਇੱਕ ਗੱਡੀ ਦਿੱਤੀ ਜਾਵੇਗੀ। ਕੇਸਗੜ੍ਹ ਸਾਹਿਬ ਵਿਖੇ ਨਵਾਂ ਦਫ਼ਤਰ ਬਣਾਇਆ ਜਾਵੇਗਾ ਅਤੇ ਜੋੜਾ ਘਰ ਤਖ਼ਤ ਸਾਹਿਬ ਦੇ ਸਾਹਮਣੇ ਬਣਾਵਾਂਗੇ, ਜਿਸ ਨਾਲ ਕੇਸਗੜ੍ਹ ਸਾਹਿਬ ਦੇ ਐਲੀਵੇਸ਼ਨ ਖਰਾਬ ਨਾ ਹੋਵੇ। ਸੋ ਇਹ ਅੱਜ ਕੁਝ ਨਾਨਕ ਸਾਹਿਬ ਕੈਲੰਡਰ ਜਿਹੜਾ 552 30 ਦਸੰਬਰ ਨੂੰ ਉਹ ਵੀ ਜਿਹੜਾ ਹੈ ਉਹ ਵੀ ਰਿਲੀਜ਼ ਕਰਾਂਗੇ। ਪ੍ਰਧਾਨ ਜੀ, ਇੱਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਕਾਲ ਤਖ਼ਤ ਵੱਲੋਂ ਬਣਾਈ ਗਈ ਕਮੇਟੀ ਅੱਗੇ ਪੇਸ਼ ਹੋਣ ਤੋਂ ਮਨ੍ਹਾ ਕੀਤਾ। ਦੇਖੋ, ਉਸ ਨੇ ਅਕਾਲ ਤਖ਼ਤ ਸਾਹਿਬ ਨਾਲ ਸੰਬੰਧਿਤ ਕੋਈ ਕੇਸ ਹੈ, ਉਸ ਨੇ ਅਕਾਲ ਤਖ਼ਤ ਸਾਹਿਬ ਵਾਲੀ ਇਹਦੇ ਬਾਰੇ ਪੁੱਛਿਆ। ਉਹਨਾਂ ਨੇ ਐਲੀਗੇਸ਼ਨ ਲਗਾਇਆ ਕਿ ਜਥੇਦਾਰ ਅਤੇ ਪ੍ਰਧਾਨ ਜਿਹੜੇ ਹੈਗੇ ਆ ਉਹ ਲਿਫਾਫਿਆਂ 'ਚੋਂ ਨਿਕਲਦੇ ਨੇ। ਦੇਖੋ, ਅਸੀਂ ਉਹਨਾਂ ਬਾਰੇ ਕੋਈ ਜਵਾਬ ਨਹੀਂ ਦੇਣਾ, ਇਹ ਮਸਲਾ ਜਿਹੜਾ ਹੈ ਅਕਾਲ ਤਖ਼ਤ ਦੇ ਉੱਤੇ ਹੈ, ਅਕਾਲ ਤਖ਼ਤ ਹੀ ਜਿਹੜਾ ਇਸ ਮਸਲੇ ਬਾਰੇ ਗੱਲ। ਪ੍ਰਧਾਨ ਜੀ, ਜਗਨਨਾਥਪੁਰੀ 'ਚ ਮੱਠ ਤੋੜੇ ਗਏ ਨੇ, ਕਈ ਉਹਨਾਂ ਬਾਰੇ ਅਸਮਿਤੀ ਕੀ ਕਰਦੇ ਆ ਜੀ, ਕੋਈ ਗੱਲਬਾਤ ਚੱਲ ਰਹੀ ਹੈ? ਉਹਦੀ ਹਜੇ ਮੀਟਿੰਗ ਚੱਲ ਰਹੀ ਹੈ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਮੀਟਿੰਗ ਲੈਣਗੇ, ਉਹਦੇ ਵਿੱਚ ਸਾਰੇ ਜਿਹੜੇ ਮਸਲੇ ਵਿਚਾਰੇ ਆ। ਤੇ ਢੱਡੀਆਂ ਵਾਲੇ ਨੇ ਇੱਕ ਸਵਾਲ ਨੇ ਮਾਫ ਕੀਤੀ ਆ, ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਜਾਂ ਉਹਦੀ ਇਨਕੁਆਇਰੀ? ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਸ ਬਾਰੇ ਕੋਈ ਕਮੈਂਟਸ ਨਹੀਂ ਮੈਂ ਦੇਣੇ, ਇਹ ਤਾਂ ਉਹਨਾਂ ਦਾ ਮਸਲਾ ਜੀ। ਸੋ ਅਸੀਂ ਪਹਿਲਾਂ ਹੀ ਮੈਂ ਕਹਿ ਸਕਿਆ ਕਿ ਅਸੀਂ ਚਾਹੁੰਦੇ ਹਾਂ ਕਿ ਨਾਗਰਿਕਤਾ ਦੇ ਵਿੱਚ, ਕਿਉਂਕਿ ਸਾਡਾ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਹੈ ਕਿ ਅਸੀਂ ਸਾਰਿਆਂ ਨੂੰ ਇਹ ਮੰਨਦੇ ਹਾਂ ਕਿ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜੇ ਅਫਗਾਨਿਸਤਾਨ ਤੋਂ ਕਾਫੀ ਸੰਗਤ ਆਈ ਸੀ, ਸਾਰੇ ਉੱਥੇ ਸਿੰਘ ਆਏ ਅਤੇ ਉਜੜ ਕੇ ਹੋਰ ਵੀ ਦੇਸ਼ਾਂ ਵਿੱਚੋਂ ਆਏ ਸੀ, ਉਹ ਵਿਚਾਰੇ ਬੜੇ ਭਟਕਦੇ ਫਿਰਦੇ ਸੀ, ਉਹਨਾਂ ਦੀ ਇੱਕ ਮੰਗ ਸੀ ਕਿ ਸਾਨੂੰ ਇੱਥੋਂ ਨਾਗਰਿਕਤਾ ਦਿੱਤੀ ਜਾਵੇ। ਅਸੀਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਵਾਰ ਵਾਰ ਜਿਹੜੇ ਵਿਦੇਸ਼ ਮੰਤਰੀ ਨੂੰ ਮਿਲੇ ਸੀ, ਚਿੱਠੀ ਪੱਤਰ ਵੀ ਕੀਤਾ। ਸੋ ਨਾਗਰਿਕਤਾ ਜਿਹੜੀ ਹੈ ਮਿਲੀ ਆ, ਉਹਦੇ ਵਿੱਚ ਬਾਹਰਲੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਹੁਤ ਵੱਡੀ ਸਹੂਲਤ ਮਿਲਣੀ ਹੈ। ਇਹ ਤੋਂ ਇਲਾਵਾ ਅਸੀਂ ਇਹ ਵੀ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹਦੇ ਵਿੱਚ ਸਾਰਿਆਂ ਮੁਸਲਮਾਨ ਭੀਰਾਂ ਨੂੰ ਦਿੱਤੀ ਜਾਵੇ, ਭਾਵੇਂ ਕੋਈ ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੁੱਧ ਹੈ, ਇਹ ਸਾਰਿਆਂ ਨੂੰ ਇੱਕੋ ਤਰ੍ਹਾਂ ਸਾਰੀਆਂ ਜਿਹੜੀਆਂ ਸਿਟੀਜ਼ਨ ਜਿਹੜੀ ਹੈ ਇਹ ਮਿਲਣੀ ਚਾਹੀਦੀ ਹੈ, ਘੱਟ ਗਿਣਤੀਆਂ ਨੂੰ ਸਾਰਿਆਂ ਨੂੰ ਜਿਹੜੀ ਹੈ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ। ਦੂਸਰੀ ਗੱਲ ਜੀ, ਕੱਲ੍ਹ ਢੀਂਡਸਾ ਸਾਹਿਬ ਨੇ ਕਿਹਾ ਟੂਰ ਜੀ, ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ।